वेलकम बैक, आई एम सुमीर भूषण, पेन इंटरनेशनलिस्ट एंड फाउंडर प्रेसिडेंट डॉक्टर भूषण रिसर्च लैब और राष्ट्रीय और अंतरराष्ट्रीय योग अध्यक्ष आयुष इंटरनेशनल मेडिकल एसोसिएशन। बहुत बहुत स्वागत है जी सारे का। आज बड़ा जबरदस्त वीडियो लेके आए हैं। आज का टॉपिक है भुख ना लगन से। जिन्होंने भुख नहीं लगती वो क्या करन। बड़ा जबरदस्त दो चीजा दसांगा, एक तो फ्रूट दसांगा और दूसरा भी फटाफट तुम फॉर्मूला दसांगा क्या करना है। सब तो बेस्ट फ्रूट जो भुख लगान दे विच काम आता है वो है अनानास। अनानास एक ऐसी जबरदस्त चीज है जिहड़ी मंद अग्नि हुई हुंदी है, मंद अग्नि बहुत वड्डा रोग है। यह ठीक हो जाए सब कुछ, खाना पीना सब हजम होना शुरू हो जाएगा, भुख लगनी शुरू हो जाएगी दोबारा तो। खाना चबा चबा के खाना जदों तुहानूं भुख लगनी शुरू हो जाए। जिन्हां नूं भुख नहीं लगदी उहनां वास्ते दसदा अनानास पक्या होया मिठा अनानास तुसीं बाजारों लैके आओ, उहदा रस कढो और पूरे दिन च घट्टो घट 5 to 6 वार पीना है। किन्ना किन्ना पीना है? हार्डली 50-50 ग्राम 50 ml अनानास दा रस ਉਹ ਹਰ 2-2 ਘੰਟੇ ਬਾਅਦ ਤੁਸੀਂ ਪੀ ਲਓ ਤੇ ਪੂਰੀ ਦਿਹਾੜੀ 5 to 6 ਵਾਰ ਪੀਤਾ ਜਾਏਗਾ। ਤੇ ਇਹ ਜਦੋਂ ਤੁਸੀਂ ਦੂਜੀ ਤੀਜੀ ਜਾਂ ਚੌਥੀ ਵਾਰ ਪੀਣੀ ਸ਼ੁਰੂ ਕਰੋਗੇ ਨਾ, ਤੁਹਾਡਾ ਜੀ ਕਰੇਗਾ ਕਿ ਹੁਣ ਮੈਂ ਕੁਛ ਖਾਣਾ ਸ਼ੁਰੂ ਕਰਦਾ, ਮੈਨੂੰ ਭੁੱਖ ਲੱਗ ਗਈ ਹੈ, ਇੰਨਾ ਜ਼ਬਰਦਸਤ ਹੈ। ਅਨਾਨਾਸ ਦੇ ਅੰਦਰ ਖਾਸ ਇੱਕ ਇੰਜ਼ਾਈਮ ਹੁੰਦਾ, ਬ੍ਰੋਮਲਿਨ ਨਾਮ ਦਾ ਇੰਜ਼ਾਈਮ ਹੁੰਦਾ ਜਿਹੜਾ ਸਰੀਰ ਦੇ ਅੰਦਰ ਜੋੜਾਂ ਦੇ ਅੰਦਰ ਕਿਤੇ ਵੀ ਸੋਜਿਸ਼ ਹੋਵੇ, ਚਿਹਰੇ ਤੇ ਸੋਜਿਸ਼ ਹੋਵੇ, ਉਸ ਸੋਜਿਸ਼ ਨੂੰ ਜੜੋਂ ਠੀਕ ਕਰਦਾ। ਦੇਖੋ ਕਿਆ ਕਮਾਲ ਦੀ ਚੀਜ਼ ਹੈ। ਜਿਨ੍ਹਾਂ ਨੂੰ ਖਾਂਸੀ ਦੀ ਪ੍ਰੋਬਲਮ ਹੈ, ਜਿਨ੍ਹਾਂ ਦੇ ਗਲੇ 'ਚ ਖਰਾਸ਼ ਰਹਿੰਦੀ ਹੈ, ਜਿਨ੍ਹਾਂ ਨੂੰ ਟੌਨਸਿਲਸ ਰਹਿੰਦੇ ਹੈ, ਬੜੀ ਜ਼ਬਰਦਸਤ ਚੀਜ਼ ਹੈ। ਪੇਟ ਦੀ ਗੈਸ ਅਫਾਰਾ ਬਿਲਕੁਲ ਕੱਢ ਕੇ ਬਾਹਰ ਮਾਰਦਾ। ਔਰ ਅੱਛੀ ਗੱਲ ਇਹ ਹੈ ਕਿ ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਤਕਲੀਫ ਹੈ ਉਹਨਾਂ ਨੂੰ ਵੀ ਠੀਕ ਕਰਦਾ, ਕਿਉਂਕਿ 100 ਗ੍ਰਾਮ ਅਨਾਨਾਸ ਦੇ ਵਿੱਚ 240 mg ਪੋਟਾਸ਼ੀਅਮ ਪਾਇਆ ਜਾਂਦਾ ਹੈ। ਜਿਸ ਚੀਜ਼ 'ਚ ਪੋਟਾਸ਼ੀਅਮ ਜ਼ਿਆਦਾ ਹੋਏਗਾ ਉਹ BP ਵਾਸਤੇ ਬੈਸਟ ਹੈ, ਕਿਡਨੀ ਵਾਸਤੇ ਬੈਸਟ ਹੈ। ਇਸ ਕਰਕੇ ਪਹਿਲਾ ਤਰੀਕਾ ਹੈ ਅਨਾਨਾਸ ਦਾ ਰਸ ਹਰ 2-2 ਘੰਟੇ ਬਾਅਦ ਪੀਣਾ, ਠੀਕ ਹੈ, 50-50 ml। ਦੂਸਰਾ ਤਰੀਕਾ ਹੈ ਇਮਲੀ ਔਰ ਗੁੜ ਦਾ ਸ਼ਰਬਤ, ਬੜਾ ਜ਼ਬਰਦਸਤ ਔਰ ਟੇਸਟੀ ਹੁੰਦਾ ਹੈ। ਬਣਾਉਣਾ ਕਿਸ ਤਰ੍ਹਾਂ? ਤਕਰੀਬਨ 20 ਗ੍ਰਾਮ ਇਮਲੀ ਲਓ, ਉਹਨੂੰ 1 ਗਲਾਸ ਪਾਣੀ 'ਚ ਰਾਤੀ ਭਿਉਂ ਦਿਓ। ਸਵੇਰੇ 1 ਗਲਾਸ ਪਾਣੀ ਦੇ ਵਿੱਚ 50 to 60 ਗ੍ਰਾਮ ਗੁੜ ਪਾ ਲਓ, ਠੀਕ ਹੈ, ਉਹਨੂੰ 1/2 ਘੰਟੇ ਵਾਸਤੇ ਰੱਖ ਦਿਓ। ਜਦੋਂ ਮੈਲਟ ਹੋ ਜਾਏ ਤੇ ਇਮਲੀ ਦੇ ਵਿੱਚ ਜਿਹੜਾ ਪਾਣੀ ਇਮਲੀ ਦਾ ਪਾਣੀ ਬਣਾਇਆ ਉਹਨੂੰ ਅੱਛੀ ਤਰ੍ਹਾਂ ਮਸਲ ਕੇ ਉਹ ਸਭ ਫਾਈਬਰ ਵਗੈਰਾ ਸਭ ਉਹਦੇ ਅਲੱਗ ਕਰ ਦਿਓ ਔਰ ਉਸ ਪਾਣੀ ਨੂੰ ਗੁੜ ਵਾਲੇ ਪਾਣੀ ਦੇ ਅੰਦਰ ਮਿਕਸ ਕਰ ਲਓ ਔਰ ਸਵਾਦ ਅਨੁਸਾਰ ਤੁਸੀਂ ਸੇਂਦਾ ਨਮਕ ਵਿੱਚ ਪਾ ਲਓ। ਅੱਛੀ ਤਰ੍ਹਾਂ ਘੋਲ ਕੇ 2 ਗਲਾਸ ਬਣਨਗੇ, ਮਤਲਬ 1 ਗਲਾਸ ਇਜ਼ ਮੋਰ ਦੈਨ ਸਫੀਸ਼ੀਐਂਟ। 1 ਗਲਾਸ ਜਿਹੜਾ ਹੈ ਉਹ ਸਵੇਰੇ ਸਵੇਰੇ ਖਾਲੀ ਪੇਟ ਪੀ ਲਓ। ਹਾਰਡਲੀ ਹਫ਼ਤਾ 10 ਦਿਨ ਵੀ ਕਰਨ ਦੀ ਲੋੜ ਨਹੀਂ ਪੈਣੀ, ਹਾਰਡਲੀ 3-4 ਦਿਨਾਂ 'ਚ ਹੀ ਤੁਹਾਨੂੰ ਉਹ ਰਿਜ਼ਲਟ ਮਿਲੇਗਾ। ਭੁੱਖ ਜ਼ਬਰਦਸਤ ਲੱਗੇਗੀ, ਗੈਸ ਨਹੀਂ ਬਣੇਗੀ, ਪੇਟ 'ਚ ਅਫਾਰਾ ਨਹੀਂ ਚੜੇਗਾ, ਪੇਟ ਦੀ ਜਲਨ ਠੀਕ ਹੋ ਜਾਏਗੀ, ਪਿਸ਼ਾਬ ਦੀ ਜਲਨ ਠੀਕ ਹੋ ਜਾਏਗੀ। ਬੜੇ ਕਮਾਲ ਦੇ ਕੰਮ ਕਰਦਾ ਜੀ ਇਹ ਦੋਨੋਂ ਚੀਜ਼ਾਂ, ਜ਼ਬਰਦਸਤ ਹੈ। ਦੋਨਾਂ 'ਚੋਂ ਕੋਈ ਵੀ ਕਰ ਲਓ ਤੁਹਾਨੂੰ ਡੈਫੀਨੇਟਲੀ ਆਰਾਮ ਆਏਗਾ ਹੀ ਆਏਗਾ। ਅਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਔਰ ਅੱਛਾ ਲੱਗੇ ਤਾਂ ਲਾਈਕ ਜ਼ਰੂਰ ਕਰਨਾ। ਬਹੁਤ ਬਹੁਤ ਸ਼ੁਕਰੀਆ ਇਸ ਵੀਡੀਓ ਨੂੰ ਦੇਖਣ ਵਾਸਤੇ ਔਰ ਸ਼ੇਅਰ ਕਰਨ ਵਾਸਤੇ। ਥੈਂਕ ਯੂ ਵੈਰੀ ਮੱਚ, ਗੋਡ ਬਲੈਸ ਯੂ।